ਗੁਰੂ ਗੋਸ ਪਾਕ ਰਹਿਮਤ ਲਾਲੇ ਦੀ। ਜਿਹੜਾ ਵੀ ਬੰਦਾ ਬਾਈ ਪੀਰਾਂ ਨੂੰ ਮੰਨਦਾ ਨਾ, ਜਿਹੜੇ ਵੀ ਬੰਦਾ ਹਜ਼ੂਰ ਗੋਸ ਪਾਕ ਨੂੰ ਮੰਨਦਾ ਵੀ ਹਾਂ ਹਜ਼ੂਰ ਗੋਸ ਪਾਕ ਸਾਰਿਆਂ ਬਾਈ, ਉਹ ਬੰਦੇ ਨਾ ਅੱਜ ਵੀਡੀਓ ਚੱਲਦੀ ਹੈ ਵੀਰੇ, ਜੋ ਜੋ ਵੀ ਤੁਸੀਂ ਦੁਆ ਮੰਗਦੇ ਹਾਂ, ਜੋ ਜੋ ਵੀ ਤੁਹਾਡੇ ਜੋ ਜੋ ਵੀ ਤੁਹਾਨੂੰ ਮੁਸ਼ਕਲ ਟੈਨਸ਼ਨ ਪਰੇਸ਼ਾਨੀਆਂ ਬਾਈ ਅੱਜ ਮੰਗੋ, ਜੋ ਤੁਹਾਡਾ ਦਿਲ ਕਹਿੰਦਾ ਬਾਈ, ਮੈਂ ਗਰੰਟੀ ਨਾਲ ਲਿਖ ਕੇ ਦਿੰਦਾ ਬਾਈ, ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਬਾਈ। ਕਹਿੰਦੇ ਪੀਰਾਂ ਦੇ ਦਰਬਾਰ 'ਤੇ ਜੋ ਵੀ ਆਉਂਦਾ ਬੰਦਾ ਕਦੇ ਖਾਲੀ ਹੱਥ ਨਹੀਂ ਜਾਂਦਾ ਹੈਗਾ। ਮੈਂ ਤੁਹਾਨੂੰ ਬਾਈ ਆਪਣੇ ਦਿਲ 'ਤੇ ਕਹਿੰਦਾ ਬਾਈ, ਸੱਚੀ ਗੱਲ, ਮੈਂ ਵੀ ਭਟਕਦਾ ਫਿਰਦਾ ਤਾਂ, ਮੈਂ ਵੀ ਪਤਾ ਨਹੀਂ ਕਿਆ ਕਿਆ ਕਰਦਾ ਫਿਰਦਾ ਤਾਂ, ਪਰ ਮੈਨੂੰ ਇੰਨਾ ਪਤਾ ਬਾਈ, ਚਿਰਾਗ ਲਾਉਂਦਾ ਇੰਨਾ ਸਕੂਨ ਮਿਲਦਾ ਨਾ ਹਜ਼ੂਰ ਗੋਸ ਪਾਕ ਦੀ ਰਹਿਮਤ ਲਾਲੇ ਦੀ ਬਾਈ, ਸਾਰਾ ਕੁਛ ਮਿਲ ਗਿਆ, ਸਾਰਾ ਕੁਛ ਬਣ ਗਿਆ ਬਾਈ। ਜੋ ਜੋ ਵੀ ਮੇਰਾ ਵੀਰ ਭਾਈ ਭੈਣ ਜਿਹਨੂੰ ਵੀ ਦਿੱਕਤ ਮੁਸ਼ਕਲ ਪਰੇਸ਼ਾਨੀ ਜੋ ਵੀ ਆ, ਘਰ ਦੀਆਂ ਪ੍ਰੋਬਲਮਾਂ ਜੋ ਵੀ ਆ ਬਾਈ, ਬਾਈ ਅੱਜ ਜੋ ਤੁਹਾਡਾ ਦਿਲ ਕਹਿੰਦਾ ਮੰਗ ਲਓ ਬਾਈ, ਚਿਰਾਗ ਲੱਗਿਆ ਵਾ ਬਾਈ, ਮੰਗ ਲਓ, ਤੁਹਾਡੀ ਹਰੇਕ ਦਿਲ ਦੀ ਮਨੋਕਾਮਨਾ ਪੂਰੀਆਂ ਹੋਣਗੀਆਂ ਬਾਈ, ਮੈਂ ਗਰੰਟੀ ਨਾਲ ਲਿਖ ਕੇ ਦਿੰਦਾ ਤੁਹਾਨੂੰ ਬਾਈ, ਸਾਰੀਆਂ ਹੋਣਗੀਆਂ ਬਾਈ, ਮੰਗ ਲਓ ਬਾਈ, ਜੋ ਜੋ ਵੀ ਜਿਹਦਾ ਜਿਹਦਾ ਵੀ ਦਿਲ ਕਰਦਾ ਨਾ, ਸਾਰੀਆਂ ਦੀ ਮਨੋਕਾਮਨਾ ਪੂਰੀਆਂ ਹੋਣਗੀਆਂ, ਮੈਂ ਬਾਈ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ ਜੋ ਵੀ ਬਾਈ ਪੀਰਾਂ ਨੂੰ ਮੰਨਦਾ। ਹਾਂ, ਅਤੇ ਬਾਈ ਇੱਕ ਰਿਕੁਐਸਟ ਆ, ਛੋਟੀ ਜਿਹੀ ਇੱਕ ਰਿਕੁਐਸਟ ਆ ਬਾਈ, ਪੀਰ ਬਣ ਕੇ ਜੋ ਵੀ ਮੇਰੀ ਭੈਣ ਇਸ ਵੀਡੀਓ ਨੂੰ ਦੇਖਦੀ ਆ, ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਕਿਉਂਕਿ ਬਾਈ ਜੋ ਵੀ ਬੰਦਾ ਵੀਡੀਓ ਬਣਾਉਂਦਾ ਹੁੰਦਾ, ਚਾਹੇ ਮੈਂ ਆ, ਚਾਹੇ ਕੋਈ ਵੀ ਵੀਰੇ ਮੈਂ ਬਣਾਉਂਦਾ, ਚਾਹੇ ਕੋਈ ਵੀ ਬਣਾਉਂਦਾ ਬੰਦਾ ਵੀਡੀਓ ਬਣਾਉਂਦਾ, ਕੋਈ ਵੀ ਬਣਾਉਂਦਾ ਵੀਰ, ਉਹ ਬੰਦਾ ਨਾ ਤੁਹਾਡੇ ਖਾਤਰੇ ਬਣਾਉਂਦਾ ਹੁੰਦਾ। ਜੇ ਤੁਹਾਨੂੰ ਵਧੀਆ ਲੱਗੂਗੀ ਤਾਂ ਸਾਨੂੰ ਐਂ ਹੁੰਦਾ ਵੀ ਯਾਰ ਵੀਡੀਓ ਬਣਾਉਣ ਦਾ ਕੋਈ ਸਾਨੂੰ ਮਿਲਿਆ ਵੀ ਹਾਂ ਯਾਰ ਕੁਛ ਨਾ ਕੁਛ ਆ, ਅਤੇ ਤੁਹਾਨੂੰ ਨਾ ਬਾਈ ਵੀ ਵੀਡੀਓ ਕੋਈ ਵੀ ਵਧੀਆ ਲੱਗੀ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਬਾਈ। ਇੱਕ ਯਾਰ ਵੱਖਰਾ ਜਿਹਾ ਲੈ ਕੇ ਆਇਆ, ਕਿਉਂਕਿ ਯਾਰ ਮੈਂ ਨਾ ਵੀਡੀਓ ਬਣਾਉਂਦਾ ਤਾਂ ਯਾਰ ਮੈਂ ਇੱਦਾਂ ਡਰ ਡਰ ਕੇ ਬਣਾਉਂਦਾ, ਡਰ ਡਰ ਕੇ ਤਾਂ ਬਣਾਉਂਦਾ ਵੀ ਯਾਰ ਸਾਡਾ ਪਿੰਡਾਂ ਦਾ ਮਾਹੌਲ ਆ, ਪਿੰਡਾਂ ਦੇ ਵਿੱਚ ਯਾਰ ਤੂੰ ਗੱਲਾਂ ਬਾਤਾਂ ਕਰੂੰਗਾ ਨਾ, ਲੋਕਾਂ ਨੂੰ ਐਂ ਲੱਗਦਾ ਵੀ ਯਾਰ ਇਹ ਤਾਂ ਪਾਗਲ ਹੋ ਗਿਆ, ਇਹਨੂੰ ਤਾਂ ਕਿਸੇ ਗੱਲ ਦੀ ਸਮਝ ਹੀ ਨਹੀਂ ਹੈਗੀ ਬਾਈ। ਯਾਰ ਵੀਡੀਓ ਬਣਾਉਂਦਾ, ਲੋਕ ਕਈ ਮੈਨੂੰ ਪਾਗਲ ਕਹਿੰਦੇ ਆ, ਕੋਈ ਕਹਿੰਦੇ ਯਾਰ ਇਹਨੇ ਕੁਛ ਨਹੀਂ ਕਰਨਾ, ਪਰ ਵੀਰ ਬਣ ਕੇ ਯਾਰ ਮੈਨੂੰ ਪਤਾ ਮੈਂ ਕਿੱਕਣਾ ਬਣਾਉਣਾ ਕਿੱਕਣਾ ਨਹੀਂ ਬਣਾਉਂਦਾ, ਕਿਉਂਕਿ ਯਾਰ ਮੇਰਾ ਪਿੰਡਾਂ ਦਾ ਮਾਹੌਲ ਆ, ਪਿੰਡਾਂ ਦੇ ਵਿੱਚ ਬਾਈ ਮੈਂ ਸਭ ਦੇ ਜੁੱਤੀਆਂ ਖਾਂਦਾ, ਸਭ ਦੇ ਜੁੱਤੀਆਂ ਖਾਂਦਾ, ਪਰ ਯਾਰ ਮੇਰੇ ਨਾ ਇੱਕ ਦਿਲ ਦੇ ਅੰਦਰ ਅੱਗ ਆ, ਇੱਕ ਜਨੂਨ ਆ, ਮੈਨੂੰ ਪਤਾ ਯਾਰ ਮੈਂ ਯੂਟਿਊਬ ਪਰ 'ਤੇ ਕਿਹਾ ਮੈਂ ਨਾ ਕੁਛ ਨਾ ਕੁਛ ਕਰ ਜੂੰਗਾ, ਕੁਛ ਨਾ ਕੁਛ ਕਰ ਜੂੰਗਾ, ਯਾਰ ਇਹ ਮੇਰਾ ਦਿਲ ਦੇ ਅੰਦਰ ਆ। ਯਾਰ ਵੀਰ ਬਣ ਕੇ ਜੋ ਵੀ ਮੇਰੀ ਵੀਡੀਓ ਦੇਖਦਾ ਵੀਰੇ, ਜੋ ਵੀ ਮੇਰਾ ਵੀਰ ਭਾਈ ਵੀਡੀਓ ਦੇਖੂਗਾ, ਪਾਤੇ ਪਾਤੇ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਅਤੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹੱਥ ਬੰਨ ਕੇ ਰਿਕੁਐਸਟ ਆ, ਕਿਉਂਕਿ ਯਾਰ ਇਹ ਸਾਡਾ ਉਹੋ ਜਿਹਾ ਪਿੰਡ ਆ ਬਾਹਰ ਜਿੱਥੇ ਵੀਰੇ ਬੱਸ ਵੀ ਨਹੀਂ ਆਉਂਦੀ, ਬੱਸ ਤਾਂ ਬੱਸ ਬਾਈ ਯਾਰ ਉੱਚਾ ਪਿੰਡ ਇੰਨੀ ਕੁ ਦੂਰ ਆ ਵੀਰੇ ਵੀ ਤੁਰ ਕੇ ਜਾਣਾ ਪੈਂਦਾ, ਘੰਟੇ ਦੋ ਘੰਟੇ ਲੱਗ ਜਾਂਦੇ ਕਈ ਵਾਰ ਤਾਂ, ਯਾਰ ਕੋਈ ਨਹੀਂ ਬਾਈ ਜਦ ਤੱਕ ਹੈਗਾ। ਸੱਚੀ ਗੱਲ ਕਹਿੰਦੇ ਮਾਂ ਬਾਪਾਂ ਦਾ ਸਹਾਰਾ ਬਾਈ ਨਿਆਣੇ ਹੁੰਦੇ ਆ, ਨਿਆਣੇ ਕਹਿੰਦੇ ਵੀ ਜਦ ਕੋਈ ਕੰਮ ਕਾਰ ਕਰਦੇ ਆ ਬਾਈ ਮਾਂ ਬਾਪਾਂ ਨੂੰ ਚੰਗਾ ਲੱਗਦਾ, ਯਾਰ ਆਪਾਂ ਨੇ ਵੀ ਵੀਰ ਬਹੁਤ ਕੁਛ ਕਰਨੇ ਸੋਚਦੇ ਵੀ ਆਹ ਵੀ ਕਰੀ ਆਹ ਵੀ ਕਰੀ, ਬਾਈ ਕਿੱਥੇ ਤੇ ਹਾਰ ਜਾਂਦੇ ਆ, ਜਦ ਨਾ ਯਾਰ ਵੀਰ ਨਾ ਮਿਹਨਤ ਦਾ ਮੁੱਲ ਨਹੀਂ ਮਿਲਦਾ, ਜਾਂ ਕੋਈ ਬੰਦਾ ਯਾਰ ਕਹਿੰਦੇ ਹੀ ਨਹੀਂ ਵੀ ਹਾਂ ਯਾਰ ਅਸੀਂ ਤੁਹਾਨੂੰ ਕਰ ਸਕੀਏ, ਮੇਰਾ ਬਹੁਤ ਦਿਲ ਕਰਦਾ ਵੀ ਮੈਂ ਕੰਮ ਕਰਾਂ, ਕਿਤੇ ਲੱਗਾਂ ਯਾਰ ਕੋਈ ਪੁੱਛਦੀ ਨਹੀਂ ਹੈਗਾ, ਫਿਰ 10 ਜਗ੍ਹਾ ਇੰਟਰਵਿਊ ਦੇਣ ਗਿਆ ਬਾਈ ਕੋਈ ਵੀ ਨਹੀਂ ਪੁੱਛਦਾ, ਸਭ ਜਗ੍ਹਾ ਰਿਜੈਕਟ ਕਰਦਾ। ਜੇ ਕਿਸੇ ਨੂੰ ਬਾਈ ਬੰਦੇ ਦੀ ਲੋੜ ਹੋਈ ਤਾਂ ਬਈ ਵੀਰ ਬਣ ਕੇ ਜ਼ਰੂਰ ਦੱਸੋ ਬਾਈ, ਮੈਂ ਇਸ ਟਾਈਮ ਦਿਹਾੜੀਆਂ ਕਰਦਾ ਫਿਰਦਾ, ਦਿਹਾੜੀ ਲਾਉਂਦਾ ਬਈ, ਲੱਗ ਜਾਂਦੇ ਠੀਕ ਆ, ਨਹੀਂ ਤਾਂ ਰੱਬ ਰੱਖਾ, ਜੇ ਕਿਸੇ ਨੂੰ ਵੀ ਬਾਈ ਲੋੜ ਹੋਈ ਤਾਂ ਜ਼ਰੂਰ ਦੱਸੋ। ਬਾਕੀ